ਬੀਤੇ ਦਿਨੀ ਆਨਲਾਈਨ ਦਵਾਈਆਂ ਦੀ ਵਿਕਰੀ ਦੇ ਵਿਰੋਧ ਵਜੋਂ ਪੂਰੇ ਪੰਜਾਬ ਵਿੱਚ ਮੈਡੀਕਲ ਸਟੋਰ ਦੇ ਦੁਕਾਨਦਾਰਾਂ ਵੱਲੋਂ ਮੈਡੀਕਲ ਸਟੋਰ ਬੰਦ ਕੀਤੇ ਗਏ, ਜਿਸ ਕਾਰਨ ਆਮ ਜਨਤਾ ਨੂੰ ਦਵਾਈਆਂ ਲੈਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਦੁਕਾਨਦਾਰਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਲਦ ਹੀ ਭਾਰਤ ਸਰਕਾਰ ਦਵਾਈਆਂ ਦੀ ਆਨਲਾਈਨ ਵਿਕਰੀ ਦੀ ਯੋਜਨਾ ਲਾਗੂ ਕਰ ਰਹੀ ਹੈ, ਜਿਸ ਕਾਰਨ ਉਹਨਾਂ ਦੀ ਰੋਜ਼ੀ ਰੋਟੀ ਖਤਮ ਹੋ ਜਾਵੇਗੀ। ਗੁਰਦਾਸਪੁਰ ਤੋਂ ਸਤਵਿੰਦਰ ਸਿੰਘ ਅਤੇ ਜਗਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਕੋਲੋਂ ਮੰਗ ਆ ਕਿ ਜਿਹੜੇ ਆਨਲਾਈਨ ਮੈਡੀਸਨ ਮੰਗਾਉਂਦੇ ਨੇ ਜਿੰਨੇ ਵੀ ਕਸਟਮਰ ਆ, ਉਹ ਨਾਮ ਗਾਣੇ ਨਾਲ ਇਫੈਕਟ ਪੈਂਦਾ ਵਾ, ਬਿਜ਼ਨਸ 'ਤੇ ਇਫੈਕਟ ਪੈਂਦਾ ਸਾਰਿਆਂ 'ਤੇ। ਇਸ ਕਰਕੇ ਆਪਾਂ ਸਟ੍ਰਾਈਕ ਕੀਤੀ ਹੈ, ਟੋਟਲੀ ਬੰਦ ਕੀਤਾ ਪੰਜਾਬ। ਆਪਾਂ ਰਾਤ 12 ਵਜੇ ਤੋਂ ਲੈ ਕੇ ਅੱਜ ਰਾਤ 12 ਵਜੇ ਤੱਕ ਸ਼ਹਿਰ ਦੇ ਵਿੱਚ ਟੋਟਲ 107 ਮੈਡੀਕਲ ਸਟੋਰ ਹੈ ਜੀ, ਵਿੱਚ ਹੋਲਸੇਲ ਵਿੱਚ ਰਿਟੇਲ ਦੇ, ਟੋਟਲੀ ਬੰਦ ਨੇ ਸਾਰੇ ਜੀ। ਉਹਦੇ ਵਾਸਤੇ ਜ਼ਿੰਮੇਵਾਰੀ ਇੱਦਾਂ ਹੀ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਕਿਉਂਕਿ ਇਨਫੋਰਮੇਸ਼ਨ ਜਿਹੜੀ ਆਲਰੇਡੀ ਇੱਕ ਹਫ਼ਤਾ ਪਹਿਲਾਂ ਦਿੱਤੀ ਜਾ ਚੁੱਕੀ ਹੈ। ਸਿਵਲ ਹਸਪਤਾਲ 'ਚ ਵੀ ਸਿਵਲ ਸਰਜਨ ਨੂੰ ਵੀ ਪਤਾ, ਆਲ ਇੰਡੀਆ ਬੇਸ 'ਤੇ ਇਨਫੋਰਮੇਸ਼ਨ ਟੀਵੀ 'ਤੇ ਚੱਲਦਾ ਪਿਆ, ਸਾਰੇ ਆਉਂਦਾ ਪਿਆ, ਇਨਫੋਰਮੇਸ਼ਨ ਪਹਿਲਾਂ ਹੀ ਦਿੱਤੀ ਗਈ। ਪ੍ਰਸ਼ਾਸਨ ਜ਼ਿੰਮੇਵਾਰ, ਕੋਈ ਜ਼ਿੰਮੇਵਾਰ ਨਹੀਂ। ਔਰ ਉਹਦੇ ਵਾਸਤੇ ਜਨ ਔਸ਼ਧੀ ਬਕਾਇਦਾ ਖੁੱਲ੍ਹੀ ਹੈ, ਅੰਦਰ ਸਿਵਲ ਹਸਪਤਾਲ ਗੁਰਦਾਸਪੁਰ ਖੁੱਲ੍ਹੀ ਹੈ, ਪ੍ਰਾਈਵੇਟ ਵੀ ਹੋ ਸਕਦਾ, ਮੇ ਵੀ ਡਾਕਟਰ ਆਪਣੇ ਕੋਲੋਂ ਮੈਡੀਸਨ ਦੇ ਦੇਣ ਸਾਰਾ। ਸਰ ਜਿੰਨੀ ਵੀ ਮੈਡੀਸਨ ਆ ਜਿਹੜੇ ਆਨਲਾਈਨ ਮੰਗਾਉਂਦੇ ਆ, ਮੈਡੀਕਲ ਸਟੋਰ ਨੂੰ ਤਾਂ ਕਹਿੰਦੇ ਆ ਵੀ ਪਰਚੀ ਹੋਣੀ ਚਾਹੀਦੀ ਆ, ਪਰ ਆਨਲਾਈਨ ਜਿਹੜੀ ਆ ਉਹ ਮੈਡੀਸਨ ਜਿਹੜੀ ਆ ਉਹ ਪਰਚੀ ਤੋਂ ਬਗੈਰ ਹੀ ਆ ਜਾਂਦੀ ਹੈ, ਇਸ ਪਲਕਸ਼ ਵਿੱਚ ਕੀਤੀ ਹੈ। ਸਾਰੇ ਟੋਟਲ ਤਕਰੀਬਨ 90% ਕੈਮਿਸਟ ਜਿਹੜੇ ਉਹ ਪ੍ਰਭਾਵਿਤ ਹੋਣਗੇ ਇਹਦੇ ਨਾਲ। ਮੰਗ ਇਹ ਆ ਵੀ ਆਨਲਾਈਨ ਜਿਹੜੀਆਂ ਦਵਾਈਆਂ ਬੰਦ ਕੀਤੀਆਂ ਜਾਣ ਅਤੇ ਪਰਚੀ 'ਤੇ ਦਵਾਈ ਦਿੱਤੀ ਜਾਏ, ਭਰੇ ਨਹੀਂ ਆ। ਜ਼ਿਆਦਾ ਔਖਾ ਹੋਏਗਾ ਕਿਉਂਕਿ ਮਰੀਜ਼ ਜਿਹੜਾ ਆ ਉਹ ਤਾਂ ਦਵਾਈ ਦੇ ਸਿਰ 'ਤੇ ਹੀ ਹੁੰਦਾ, ਅਤੇ ਜੇ ਉਹ ਦਵਾਈ ਨਾ ਮਿਲੇਗੀ ਤਾਂ ਉਹ ਪਰੇਸ਼ਾਨ ਹੋ ਜਾਏਗਾ। ਇਹ ਆ ਕਿ ਦੁਕਾਨਾਂ ਖੁੱਲ੍ਹਣੀਆਂ ਚਾਹੀਦੀਆਂ। ਹਾਂਜੀ, ਦੁਕਾਨਾਂ ਸਾਰੀਆਂ ਬੰਦ ਆ, ਦਵਾਈ ਨਹੀਂ ਮਿਲੀ। ਚਾਹੀਦਾ ਸਰਕਾਰ ਨੂੰ, ਲੋਕ ਆ ਜਿਹੜੇ ਪਰੇਸ਼ਾਨ ਨਾ ਹੋਣ। ਸਾਨੂੰ 2-3 ਗੇੜੇ ਲਾਏ ਆ ਦਵਾਈ ਲੈਣ ਵਾਸਤੇ, ਜਿੱਧਰ ਜਾਂਦੇ ਸਾਰੀ ਦੁਕਾਨਾਂ ਬੰਦ ਨੇ। ਦਵਾਈ ਦੀ ਤਾਂ ਮੁਸ਼ਕਿਲ ਹੀ ਆ ਨਾ, ਜਿਹਨੇ ਦਵਾਈ ਚਾਹੀਦੀ ਉਹਨਾਂ ਤਾਂ ਲੈਣੀ ਆ ਨਾ। ਹੁਣ ਹੱਲ ਵੇਖੋ ਜੀ, ਚਲੋ ਇਹਨਾਂ ਦੀ ਜਿਹੜੀ ਇਹਨਾਂ ਦੀ ਪ੍ਰੋਬਲਮ ਆ ਉਹ ਕਰਨੀ ਚਾਹੀਦੀ ਹੈ ਹੱਲ, ਅਤੇ ਦੁਨੀਆ ਤਾਂ ਇਹ ਨਾ ਪਰੇਸ਼ਾਨ ਹੋਏ, ਜਿਹਨੂੰ ਦਵਾਈ ਹੋਣੀ ਚਾਹੀਦੀ ਉਹਨੇ ਤਾਂ ਲੈਣੀ ਆ, ਮਿਲਣੀ ਚਾਹੀਦੀ ਉਹਨੂੰ। ਉਹ ਵੀ ਐਮਰਜੈਂਸੀ ਦਵਾਈ ਦੀ ਲੋੜ ਹੋਣ ਪਈ ਆ ਤਾਂ ਸਾਨੂੰ ਮਿਲ ਨਹੀਂ ਰਹੀ, ਮੁਸ਼ਕਿਲ ਹੋਣੀ। ਜ਼ਿੰਮੇਵਾਰ ਵੇਖੋ ਜੀ, ਹੁਣ ਇੱਥੇ ਅਸੀਂ ਤਾਂ ਇਹਨਾਂ ਸਰਕਾਰ ਦੀ ਹੋਣੀ ਚਾਹੀਦੀ ਹੈ ਜ਼ਿੰਮੇਵਾਰ। ਹੁਣ ਇਹਨਾਂ ਨੇ ਤਾਂ ਇਹਨਾਂ ਦੀ ਦੁਕਾਨ ਖੁੱਲ੍ਹੀ ਹੋਊ ਤਾਂ ਦਵਾਈ ਦੇਣਗੇ ਸਾਨੂੰ, ਠੀਕ ਹੈ ਨਾ। ਹਾਂਜੀ, ਇਸ ਕਰਕੇ ਬਹੁਤ ਮੁਸ਼ਕਿਲ ਆ ਦਵਾਈ ਦੀ। ਹੁਣ ਪ੍ਰਸ਼ਾਸਨ ਨੂੰ ਇਹ ਆ ਨਾ ਵੀ ਜੋ ਵੀ ਇਹਨਾਂ ਦਾ ਕੋਈ ਕਿਸ ਕਰਕੇ ਇਹਨਾਂ ਦੀ ਜਿਹੜੀ ਪ੍ਰੋਬਲਮ ਆ ਜਿਹੜੀ ਉਹਨਾਂ ਦਾ ਹੱਲ ਇਹਨਾਂ ਦਾ ਕਰਨਾ ਚਾਹੀਦਾ ਵਾ, ਅਤੇ ਜਿਹੜੀ ਸਾਡੀ ਜਨਤਾ ਨੂੰ ਪ੍ਰੋਬਲਮ ਨਾ ਆਵੇ ਦਵਾਈ ਦੇ ਵਿੱਚ। ਗੱਲ ਦੁਕਾਨਾਂ, ਮੈਂ ਵੀ ਤੂੰ ਕਿਤੇ ਦਵਾਈ ਦਵੂਈ ਲੈਣ ਆਇਆ, ਪਰ ਦਵਾਈਆਂ ਸਾਰੀਆਂ ਹੀ ਬੰਦ ਆ, ਕਿਤੇ ਸ਼ਹਿਰ 'ਚ ਖੁੱਲ੍ਹੀਆਂ ਨਹੀਂ ਹੈਗੀਆਂ। ਟੋਟਲੀ ਹੜਤਾਲ ਆ ਇਹਨਾਂ ਦੀ। ਮੇਰਾ ਖਿਆਲ ਆ ਕਿ ਉਹ ਜਿਹੜੀ ਆਨਲਾਈਨ ਦਵਾਈਆਂ ਆਉਣ ਡੀਆਂ ਉਹਦੇ ਕਰਕੇ ਕੀਤੀ ਇਹਨਾਂ ਨੇ, ਅਤੇ ਇਹ ਸਾਰਾ ਦਿਨ ਵਾਸਤੇ ਆ ਮੇਰਾ ਖਿਆਲ ਹੈ। ਮਰੀਜ਼ਾਂ ਨੂੰ ਤਾਂ ਕਾਫੀ ਪਰੇਸ਼ਾਨੀ ਹੈ, ਕਾਫੀ ਪਰੇਸ਼ਾਨੀ ਹੈ। ਦਵਾਈਆਂ ਤਾਂ ਦੇਖੋ ਮਿਲਣੀਆਂ ਚਾਹੀਦੀਆਂ, ਇਹਨਾਂ ਨੂੰ ਬਹਿ ਕੇ ਆਪਣਾ ਮਸਲਾ ਹੱਲ ਕਰ ਲੈਣਾ ਚਾਹੀਦਾ।